ਮੈਸਰ ਬਲੂ ਮੇਰੇ ਦੋਸਤ ਜਸਾ ਜੀ ਬਹੁਤ ਹੀ ਖੂਬਸੂਰਤ ਕਵਤਾ ਲੈ ਕੇ ਆ ਰਹੇ ਨੇ ਤੇ ਕਵਤਾ ਦੇ ਰਾਈਟਰ ਨੇ ਮਿਸਟਰ ਸੁਰਜੀਤ ਬਾਤਰ ਜੀ ਹਾਂ ਤੋਂ ਮਿਹਰਬਾਨ ਕਦਰਦਾਨ ਹਿੰਦੂ ਕੋ ਨਮਸਤੇ ਮੁਸਲਮਾਨ ਕੋ ਸਲਾਮ ਔਰ ਸਰਦਾਰ ਜੀ ਕੋ ਸਤਿ ਸ੍ਰੀ ਅਕਾਲ ਜੀ ਹਾਂ ਮੈਨੂੰ ਬਲ ਅਕਾਉਂਟੀ ਜਾਣਦਾ ਮਕਾਨ ਤੇ ਦੁਕਾਨ ਤੇ ਨਦੀ ਤੇ ਨਾਲੇ ਤੇ ਛੱਤਾ ਦੇ ਚਵਾਰਿਆਂ ਤੇ ਪ੍ਰਧਾਨ ਮੰਤਰੀ ਦੀ ਤੋਤੀ ਤੇ ਤੇ ਗ੍ਰਹਿ ਮੰਤਰੀ ਦੀ ਬੋਦੀ ਤੇ ਮੇਰੇ ਨਾਂ ਲਿਖਿਆ ਜੀ ਮੈਂ ਕਵੀ ਹਾਂ ਓ ਡਾ ਵੱਡਾ ਕਵੀ ਮੈਂ ਪਹਿਲੀ ਸਤਰ ਲਿਖਦਾ ਹਾਂ ਕਪੜੀ ਕਿਤਨੀ ਪੋਕਦਰੀ ਬੜਾ ਕਿੰਨੂ ਬੜੀ ਬੜੀ ਤੇ ਡਰ ਜਾਂਦਾ ਹਾਂ ਰਾਜੇ ਦੇ ਸਪੰਜੇ ਕੋਲ ਤੇ ਆਪਣੀ ਸਤਰ ਨੂੰ ਕੱਟ ਦਿੰਦਾ ਹਾਂ ਮੈਂ ਦੂਜੀ ਸਤਰ ਲਿਖਦਾ ਹਾਂ ਓ ਪਲੇ ਕੜੀ ਟੋਪਲੀ ਕਲਾ ਆਪਣੇ ਪਾਏ ਕਨੇਟਰੋ ਪਲੇ ਪਲੇ ਤੇ ਡਰ ਜਾਂਦਾ ਹਾਂ ਗੁਰੂ ਨੇ ਬਾਗੀਆਂ ਕੋਲੋਂ ਤੇ ਆਪਣੀ ਸੱਤ ਨੂੰ ਕੱਟ ਦਿੰਦਾ ਹਾਂ ਇਸ ਤਰ੍ਹਾਂ ਮੈਂ ਆਪਣੀ ਜਾਨ ਦੀ ਖਾਤਰ ਆਪਣੀਆਂ ਹਜ਼ਾਰਾਂ ਸੱਤਰਾਂ ਦਾ ਕਤਲ ਕੀਤਾ ਹੈ ਤੇ ਉਹਨਾਂ ਸੱਤਰਾਂ ਦੀਆਂ ਰੂਹਾਂ ਅਕਸਰ ਮੇਰੇ ਚਿਹਰੇ ਘੁੰਮਦੀਆਂ ਰਹਿੰਦੀਆਂ ਨੇ ਤੇ ਮੈਨੂੰ ਕਹਿੰਦੀਆਂ ਨੇ ਕਬੀ ਸਾਹਿਬ ਕਬੀ ਹੋ ਯਾ ਕਵਿਤਾ ਦੇ ਕਾਤਿਲ ਹੋ ਸੁਨੇ ਮੁਨਸਿਫ بڑے ਇਨਸਾਫ ਦੇ ਕਾਤਿਲ ਬੜੇ ਮਜ਼ਹਬ ਦੇ ਰਾਖੇ ਆਪ ਮਜ਼ਹਬ ਦੀ ਮੁਕੱਦਸ ਆਤਮਾ ਨੂੰ ਕਤਲ ਕਰਦੇ ਵੀ ਸੁਣੇ ਸੀ ਪਰ ਇਹ ਸੁਣਨਾ ਬਾਕੀ ਸੀ ਕਿ ਸਾਡੇ ਵਕਤ ਦੇ ਵਿੱਚ ਖੌਫ ਤੇ ਮਾਰੇ ਕਦੀ ਵੀ ਹੋਗੇ ਕਵਿਤਾ ਦੇ ਹਥਿਆਰੇ